ओम शांति आज प्यारे बाप दादा दे 24 2021 ਦੇ ਮਹਾਵਚਨ بابا ਨੇ ਅੱਜ ਆਪਣੇ ਪਿਆਰੇ ਪਿਆਰੇ ਬੱਚਿਆਂ ਨੂੰ ਕਿਹਾ ਮਿੱਠੇ ਬੱਚੀ ਬਾਪ ਆਏ ਹਨ ਭਾਰਤ ਨੂੰ ਸੈਲਵਜ ਕਰਨ ਦੇ ਲਈ ਤੁਸੀਂ ਬੱਚੇ ਇਸ ਸਮੇਂ ਬਾਪ ਦੇ ਮਦਦਗਾਰ ਬਣਦੇ ਹੋ भारत ही प्राचीन खंड है प्रश्न है उच्ची मंजिल विच रुकावट पा गल्ला छोटिया छोटिया गल् है, अगर जरा जि भी कोई शौक है माना असक्त अनासक्त वृत्ति नहीं है ਅੱਛਾ ਪੈਨਣਾ ਖਾਣ ਵਿੱਚ ਬੁੱਧੀ ਭਟਕਦੀ ਰਹਿੰਦੀ ਹੈ ਤਾਂ ਇਹ ਗੱਲਾਂ ਉੱਚੀ ਮੰਜ਼ਿਲ ਵਿੱਚ ਪਹੁੰਚਣ ਵਿੱਚ اٹਕ ਪਾਉਂਦੀਆਂ ਹਨ ਮਾਣਾ ਰੁਕਾਵਟ ਪਾਉਂਦੀਆਂ ਹਨ ਇਸ ਲਈ ਬਾਬਾ ਕਹਿੰਦੇ ਬੱਚੇ ਵਨਵਾਸ ਵਿੱਚ ਰਹੋ ਤੁਸੀ ਤਾਂ ਸਭ ਕੁਝ ਭੁੱਲਣਾ ਹੈ ਇਹ ਸਰੀਰ ਵੀ ਯਾਦ ਨਾ ਰਹੀ ਓਮ ਸ਼ਾਂਤੀ ਬੱਚਿਆਂ ਨੂੰ ਇਹ ਸਮਝਾਇਆ ਹੈ ਕਿ ਇਹ ਭਾਰਤ ਹੀ ਅਵਿਨਾਸ਼ੀ ਖੰਡ ਹੈ ਅਤੇ ਇਹ ਸਦਾ ਅਸਲ ਨਾਮ ਹੈ ਹੀ ਭਾਰਤ ਖੰਡ ਹਿੰਦੋਸਤਾਨ ਨਾਮ ਤਾਂ ਵਾਦ ਵਿਚ ਪਿਆ ਹੈ ਭਾਰਤ ਨੂੰ ਹੀ ਕਿਹਾ ਜਾਂਦਾ ਹੈ ਸਪਿਰਚੁਅਲ ਖੰਡ ਇਹ ਪਰਾਚੀਨ ਮਾਨਾ ਪੁਰਾਣਾ ਖੰਡ ਹੈ ਨਵੀਂ ਦੁਨੀਆ ਵਿੱਚ ਜਦੋਂ ਭਾਰਤਖੰਡ ਸੀ ਤਾਂ ਹੋਰ ਕੋਈ ਵੀ ਖੰਡ ਨਹੀਂ ਸੀ ਮੁੱਖ ਹੈ ਹੀ ਇਸਲਾਮੀ, ਬੋਧੀ ਅਤੇ ਕ੍ਰਿਸਚਨ ਹੁਣ ਤਾਂ ਬਹੁਤ ਖੰਡ ਹੋ ਗਏ ਭਾਰਤ ਅਵਿਨਾਸ਼ੀ ਖੰਡ ਹੈ ਉਸਨੂੰ ਹੀ ਸਵਰਗ ਹੈਵਨ ਕਹਿੰਦੇ ਹਨ ਨਵੀਂ ਦੁਨੀਆ ਵਿੱਚ ਨਵਾਂ ਖੰਡ ਇੱਕ ਭਾਰਤ ਹੀ ਹੈ ਨਵੀਂ ਦੁਨੀਆ ਰਚਣ ਵਾਲਾ ਹੈ ਪਰਮ ਪਿਤਾ ਪਰਮਾਤਮਾ ਸਵਰਗ ਦਾ ਰਚੈਤਾ ਹੈਵਨਲੀ ਗੋਡ ਫਾਦਰ ਭਾਰਤ ਵਾਸੀ ਜਾਣਦੇ ਹਨ ਕਿ ਭਾਰਤ ਅਵਿਨਾਸ਼ੀ ਖੰਡ ਹੈ ਭਾਰਤ ਸਵਰਗ ਸੀ ਜਦੋਂ ਕੋਈ ਮਰਦਾ ਹੈ ਤਾਂ ਕਹਿੰਦੇ ਹਨ ਨਾ ਸਵਰਗ ਪਹਾਰਿਆ ਸਮਝਦੇ ਹਨ ਸਵਰਗ ਕਿਤੇ ਉਪਰ ਵਿੱਚ ਹੀ ਹੈ ਦੇਲਵਾਰਾ ਮੰਦਿਰ ਵਿੱਚ ਵੀ ਵੈਕੁੰਠ ਦੇ ਚਿੱਤਰ ਛਤ ਤੇ ਦਿਖਾਈ ਹਨ ਨਾ ਇਹ ਕਿਸੇ ਦੀ ਬੁੱਧੀ ਵਿੱਚ ਨਹੀਂ ਆਉਂਦਾ ਕਿ ਭਾਰਤ ਹੀ ਹੈਵਨ ਸੀ ਸਵਰਗ ਸੀ ਹੁਣ ਨਹੀਂ ਹੈ ਹੁਣ ਤਾਂ ਨਰਕ ਹੈ ਨਾ ਇਹ ਤਾਂ ਅ ਗਿਆਨ ਠਹਿਰਿਆ ਗਿਆਨ ਅਤੇ ਅ ਗਿਆਨ ਦੋ ਚੀਜ਼ਾਂ ਹਨ ਗਿਆਨ ਨੂੰ ਕਿਹਾ ਜਾਂਦਾ ਦਿਨ ਅ ਗਿਆਨ ਨੂੰ ਰਾਤ ਬਾਬਾ ਕਹਿੰਦੇ ਹੁਣ ਕਿਹਾ ਵੀ ਜਾਂਦਾ ਹੈ ਬ੍ਰਹਮਾ ਦਾ ਦਿਨ ਬ੍ਰਹਮਾ ਦੀ ਰਾਤ ਬ੍ਰਹਮਾ ਤਾਂ ਹੈ ਪ੍ਰਜਾਪਤਾ ਤਾਂ ਜ਼ਰੂਰ ਪ੍ਰਜਾ ਦਾ ਪਿਤਾ ਹੋਇਆ ਨਾ ਗਿਆਨ ਅੰਜਨ ਸਤਗੁਰੂ ਦੀਆ ਅ ਗਿਆਨ ਅੰਧੇਰ ਵਿਨਾਸ਼ ਇਹ ਗਾਇਨ ਹੈ ਇਹ ਗੱਲਾਂ ਦੁਨੀਆ ਵਿੱਚ ਕੋਈ ਵੀ ਨਹੀਂ ਸਮਝਦੇ ਸਵਰਗ ਦੇ ਲਈ ਹੈਵਨਲੀ ਗਾਡ ਫਾਦਰ ਦੀ ਨਾਲੇਜ ਚਾਹੀਦੀ ਹੈ ਨਾ ਗਾਉਂਦੇ ਵੀ ਹਨ ਫਾਦਰ ਇਜ਼ ਨੌਲੇਜਫੁਲ ਤਾਂ ਟੀਚਰ ਹੋ ਗਿਆ ਵਰਲਡ ਗਾਡ ਫਾਦਰ ਸਿਰਫ ਇੱਕ ਨਿਰਾਕਾਰ ਨੂੰ ਹੀ ਕਿਹਾ ਜਾਂਦਾ ਹੈ ਗ੍ਰੇਟ ਗ੍ਰੇਟ ਗ੍ਰੈਂਡ ਫਾਦਰ ਸ਼ਬਾਬਾ ਨੂੰ ਨਹੀਂ ਕਹਿ ਸਕਦੇ ਗ੍ਰੇਟ ਗ੍ਰੇਟ ਗ੍ਰੈਂਡ ਫਾਦਰ ਤਾਂ ਹੈ ਪ੍ਰਜਾਪਿਤਾ ਬ੍ਰਹਮਾ ਉਸ ਤੋਂ ਬਿਰਾਦਰੀ ਨਿਕਲਦੀ ਹੈ

बाबा ਕਹਿੰਦੇ ਹਨ ਮੈਂ ਸਨਮੁਖ ਬੈਠ ਕੇ ਬੱਚਿਆਂ ਨੂੰ ਸਮਝਾਉਂਦਾ ਹਾਂ ਫਿਰ ਇਹ ਸਾਰਾ ਗਿਆਨ ਗੁੰਮ ਹੋ ਜਾਂਦਾ ਹੈ ਫਿਰ ਜਦੋਂ ਬਾਪ ਆਏ ਤਾਂ ਆ ਕੇ yatharth ਗਿਆਨ ਸੁਣਾਵੇ ਬੱਚਿਆਂ ਨੂੰ ਹੀ ਸਨਮੁਖ ਸਮਝਾ ਕੇ ਵਰਸਾ ਦਿੰਦੇ ਹਨ ਹੁਣੇ ਸੱਚ ਦੀ ਦੁਨੀਆ ਹੀ बाबा ਕਹਿੰਦੇ ਸੱਚ ਦੀ ਦੁਨੀਆ ਆਉਣੀ ਹੈ ਝੂਠ ਖੰਡ ਤਾਂ ਖਤਮ ਹੋਣਾ ਹੈ ਨਾ ਤਾਂ ਝੂਠੀ ਚੀਜ਼ ਹੀ ਹੋਵੇਗੀ ਕਿਉਂਕਿ ਉਤਰ ਦੀ ਕਲਾ ਹੁੰਦੀ ਹੈ ਸੱਚ ਦੇ ਨਾਲ ਚੜਦੀ ਕਲਾ ਹੈ ਭਗਤੀ ਵਿੱਚ ਭਗਤੀ ਹੈ ਰਾਤ ਹਨੇਰੇ ਵਿੱਚ ਠੋਕਰਾਂ ਖਾਣੀਆਂ ਪੈਂਦੀਆਂ ਹਨ ਮੱਥਾ ਟੇਕਦੇ ਰਹਿੰਦੇ ਹਨ ਇਸ ਨੂੰ ਕਹਿੰਦੇ ਘੋਰ ਹਨੇਰਾ ਮਨੁੱਖਾਂ ਨੂੰ ਕੁਝ ਵੀ ਪਤਾ ਨਹੀਂ ਦਰਦ-ਦਰ ਤੱਕ ਕੇ ਖਾਂਦੇ ਰਹਿੰਦੇ ਹਨ ਜੋ ਜਿਸਨੇ ਕਿਹਾ ਜਿਸ ਤਰ੍ਹਾਂ ਕਿਹਾ ਮੰਨਦੇ ਆਏ ਕਰਦੇ ਆਏ ਮਨ ਅੰਧਵਿਸ਼ਵਾਸਾਂ ਦੇ ਵਿੱਚ ਜád ਆ ਜਾਂਦੇ ਹਨ ਤਾਂ ਬਾਬਾ ਕਹਿੰਦੇ ਹੁਣ ਬੱਚਿਆਂ ਲਈ ਤਾਂ ਗਿਆਨ ਸੂਰਜ ਦਾ ਉદય ਹੋਇਆ ਹੋਇਆ ਹੈ ਨਾ ਰਾਈਜ਼ ਆਫ ਭਾਰਤ ਡਾਊਨ ਆਫ ਭਾਰਤ ਮਾਣਾ ਭਾਰਤ ਦਾ ਉਥਾਨ ਔਰ ਭਾਰਤ ਦਾ ਪਤਨ ਭਾਰਤ ਇਸ ਤਰ੍ਹਾਂ ਡੁੱਬਦਾ ਹੈ ਜਿਵੇਂ ਸੂਰਜ ਡੁੱਬਦਾ ਹੈ ਸਤਿਆਨਾਰਣ ਦੀ ਕਥਾ ਵਿੱਚ ਦਿਖਾਉਂਦੇ ਹਨ ਕਿ ਭਾਰਤ ਦਾ ਬੇੜਾ نیچے ਚਲਿਆ ਜਾਂਦਾ ਹੈ ਉਹ ਬੇੜੀ ਦਿਖਾਉਂਦੇ ਆ ਸਤਿਆਨਾਰਣ ਦੀ ਕਥਾ ਵਿੱਚ ਫਿਰ ਬਾ ਪਾ ਕੇ ਉਸ ਨੂੰ ਸੈਲਵਿਸ ਕਰਦੇ ਹਨ ਇਸ ਭਾਰਤ ਨੂੰ ਫਿਰ ਤੋਂ ਸੈਲਵਿਸ ਕਰਦੇ ਹਨ ਹੁਣ ਦਿਖਾਉਂਦੇ ਹਨ ਬਾਬਾ ਕਹਿੰਦੇ ਤੁਸੀਂ ਦੇਖਦੇ ਹੋ ਕਿ ਭਾਰਤ ਦਾ ਉੱਥਾਨ ਅਤੇ ਪਤਨ ਕਿਵੇਂ ਹੁੰਦਾ ਹੈ ਜ਼ਰੂਰ ਨਵੀਂ ਪੁਰਾਣੀ ਦੁਨੀਆ ਪਤਨ ਹੁੰਦੀ ਹੈ نیچے ਜਾਂਦੀ ਹੈ ਤਾਂ ਫਿਰ ਦਿਖਾਉਂਦੇ ਰਾਈਜ਼ ਕਿਵੇਂ ਹੁੰਦਾ ਹੈ ਇਹ ਵੀ ਇੱਕ ਸਟੋਰੀ ਹੈ ਰਾਜ ਲੈਣਾ ਅਤੇ ਗਵਾਉਣਾ 5000 ਸਾਲ ਪਹਿਲਾਂ ਕਿਸ ਸੀ ਕਹਾਗੇ ਸੂर्य ਵੰਸ਼ੀਆਂ ਦਾ ਰਾਜ ਸੀ ਫਿਰ ਚੰਦਰ ਵੰਸ਼ੀਆਂ ਦਾ ਰਾਜ ਸਥਾਪਨ ਹੋਇਆ ਉਹ ਤਾਂ ਇੱਕ ਦੋ ਤੋਂ ਰਾਜ ਲੈਂਦੇ ਹਨ ਦਿਖਾਉਂਦੇ ਹਨ ਫਲਾਣੇ ਤੋਂ ਰਾਜ ਲਿਆ ਉਹ ਕੋਈ ਸੀੜੀ ਨਹੀਂ ਸਮਝਦੇ ਇਹ ਤਾਂ ਬਾਪ ਹੀ ਸਮਝਾਉਂਦੇ ਹਨ ਕਿ ਤੁਸੀਂ 골ਡਨ ਏਸ ਤੋਂ সিলవర్ ਏਸ ਵਿੱਚ ਗਏ ਸੀੜੀ ਉਤਰਦੇ ਆਏ ਇਹ 84 ਜਨਮਾਂ ਦੀ ਸੀੜੀ ਹੈ ਸੀੜੀ ਉਤਰਨੀ ਹੁੰਦੀ ਹੈ ਫਿਰ ਚੜ੍ਹਨੀ ਹੁੰਦੀ ਹੈ ਦੇਖੋ ਸ਼ਿਬਾਬਾ ਦੀ ਮਹਿਮਾਨ ਦਾ ਇੱਕ ਬੋਰਡ ਵੀ ਹੋਣਾ ਚਾਹੀਦਾ ਹੈ। ਬਾਬਾ ਕਹਿੰਦੇ ਸਭ ਨੂੰ ਨਿਮੰਤਰਣ ਦੇਣਾ ਚਾਹੀਦਾ ਹੈ। ਪਤਿਤ 52 ਗਿਆਨ ਦਾ ਸਾਗਰ। ਪਵਿੱਤਰਤਾ ਸੁਖ ਸ਼ਾਂਤੀ ਦਾ ਸਾਗਰ। ਸੰਪਤੀ ਦਾ ਸਾਗਰ। ਸਾਰਿਆਂ ਦਾ ਸਦਗਤੀ ਦਾਤਾ। ਜਗਤ ਪਿਤਾ ਜਗਤ ਸਿੱਖषक। ਜਗਤ ਗੁਰੂ ਸ਼ਿਬਾਬਾ ਤੋਂ ਆਕੇ ਆਪਨਾ ਸੂर्यवंशी ਚੰਦਰਵੰਸ਼ੀ ਵਰਸਾ ਲਵੋ ਤਾਂ ਅਨੁੱਖਾ ਨੋ ਬਾਪ ਦਾ ਪਤਾ ਲੱਗੇ ਸਰਵਿਸੇਬਲ ਬੱਚੇ ਜੋ ਹਨ ਉਹ ਸਾਰਾ ਦਿਨ ਦੌੜਾ ਦੌੜੀ ਕਰਦੇ ਰਹਿੰਦੇ ਹਨ ਮਨਾ ਭੱਜ ਦੌੜ ਕਰਦੇ ਰਹਿੰਦੇ ਹਨ ਆਪਣੀ ਲੋਕਿਕ ਸੇਵਾ ਤੋਂ ਵੀ ਛੁੱਟੀ ਲੈ ਕੇ ਸਰਵਿਸ ਵਿੱਚ ਲੱਗ ਜਾਂਦੇ ਹਨ ਇਹ ਹੈ ਹੀ ਈਸ਼ਵਰੀਆ ਗਵਰਨਮੈਂਟ ਖਾਸ ਬੱਚੀਆਂ ਅਗਰ ਸਰਵਿਸ ਵਿੱਚ ਲੱਗ ਜਾਣ ਤਾਂ ਬਹੁਤ ਨਾਮ ਕੱਢ ਸਕਦੀਆਂ ਹਨ ਸਰਵਿਸ ਸੇਵਲ ਬੱਚਿਆਂ ਦੀ ਪਾਲਣਾ ਵੀ ਚੰਗੀ ਤਰ੍ਹਾਂ ਹੁੰਦੀ ਰਹਿੰਦੀ ਹੈ ਸ਼ਿ巴巴 ਦਾ ਪੰਡਾਰਾ ਪਰਪੂਰ ਹੈ ਨਾ ਜਿਸ ਪੰਡਾਰੇ ਤੋਂ ਖਾਇਆ ਉਹ ਪੰਡਾਰਾ ਪਰਪੂਰ ਕਾਲ ਕੰਟਕ ਦੂਰ ਬਾਬুল ਬਾਬਾ ਕਹਿੰਦੇ ਸ਼ਿਵ ਰਚੈਤਾ ਹੈ ਆਰ ਬਾਕੀ ਸਭੇ ਰਚਨਾ बाबुल नाम बड़ा मिठा है शिव साजन भीता है ना। शिव बाबा दी महिमा ही अलग है निराकार अखर लिखण तो समझते हैं कि उसका कोई आकार नहीं बिलवड मोस्ट शिव बाबा है प्रियता लिखना ही है ना, बाबा नाबा के इस समय लड़ाई का मैदान उन्होंा भी है आते तो ਸਾਡੀ ਲੜਾਈ ਹੈ ਅਹਿੰਸਕ ਓ ਲੜਾਈ ਹੈ ਹਿੰਸਾ ਵਾਲੀ ਬਾਬਾ ਕਹਿੰਦੇ ਕਿ ਤੁਸੀਂ ਯੋਗ अथवा ਯਾਦ ਦੇ ਬਲ ਨਾਲ ਵਿਸ਼ਵ ਦੀ ਬਾਦਸ਼ਾਹੀ ਲੈਂਦੇ ਹੋ ਹਥਿਆਰਾਂ ਦੀ ਕੋਈ ਗੱਲ ਨਹੀਂ ਹੈ ਗੰਗਾ ਦਾ ਪ੍ਰਵਾਹ ਬਹੁਤ ਹੈ ਬਹੁਤਿਆਂ ਨੂੰ ਸਾਕਸ਼ਾਤਕਾਰ ਵੀ ਹੋਵੇਗਾ ਭਗਤੀ ਮਾਰਗ ਵਿੱਚ ਸਮਝਦੇ ਗੰਗਾ ਜਲ ਮਿਲੇ ਤਾਂ ਉਧਾਰ ਹੋਵੇ ਇਸ ਲਈ ਗੁਪਤ ਗੰਗਾ ਕਹਿੰਦੇ ਰਹਿੰਦੇ ਹਨ ਕਹਿੰਦੇ ਹਨ ਬਾਣ ਮਾਰਿਆ ਅਤੇ ਗੰਗਾ ਨਿਕਲੀ ਗਊ ਮੁਖ ਤੋਂ ਵੀ ਗੰਗਾ ਦਿਖਾਉਂਦੇ ਬਾਬਾ ਕਹਿੰਦੇ ਤੁਸੀਂ ਪੁੱਛੋਗੇ ਤਾਂ ਕਹਿਣਗੇ ਗੰਗਾ ਗੁਪਤ ਨਿਕਲ ਰਹੀ ਹੈ ਤਰਵੇਣੀ ਤੇ ਵੀ ਸਰਸਵਤੀ ਨੂੰ ਗੁਪਤ ਦਿਖਾਇਆ ਹੈ ਨਾ ਮਨੁੱਖਾ ਨੇ ਤਾਂ ਬਹੁਤ ਗੱਲਾਂ ਬਣਾ ਦਿੱਤੀਆਂ ਇੱਥੇ ਤਾਂ ਇੱਕ ਹੀ ਗੱਲ ਹੈ ਸਿਰਫ ਅਲਪ ਬਸ ਪਰਮਾਤਮਾ ਕੋਈ ਹਜ਼ਾਰਾਂ ਸੂਰੀਆਂ ਤੋਂ ਤੇਜ ਹੋਵੇ ਤਾਂ ਬਾਬਾ ਕਹਿੰਦੇ ਹਰ ਇੱਕ ਵਿੱਚ ਪਰਵੇਸ਼ ਕਿਵੇਂ ਕਰੇ ਕਿੰਨੀਆਂ ਅਯਥਾਰਤ ਗੱਲਾਂ ਬਣਾ ਦਿੱਤੀਆਂ ਕਿ ਪਰਮਾਤਮਾ ਹਜ਼ਾਰਾਂ ਸੂਰੀਆਂ ਤੋਂ ਤੇਜੋਮਈ ਹੈ ਤਾਂ ਇਹ ਸੁਣ ਕੇ ਕੀ ਬਣ ਗਏ ਕਹਿੰਦੇ ਹਨ ਆਤਮਾ ਸੋ ਪਰਮਾਤਮਾ ਦਾ ਬਾਪ ਦਾ ਰੂਪ ਵੀ ਤਾਂ ਇਸ ਤਰ੍ਹਾਂ ਹੋਵੇਗਾ ਪ੍ਰੰਤੂ ਪੂਜਾ ਦੇ ਲਈ ਕਿੰਨਾ ਵੱਡਾ ਬਣਾਇਆ ਹੈ ਪੱਥਰ ਦੇ ਕਿੰਨੇ ਵੱਡੇ ਵੱਡੇ ਚਿੱਤਰ ਬਣਾਉਂਦੇ ਜਿਵੇਂ ਗੁਫਾ ਦੇ ਵਿੱਚ ਵੱਡੇ ਵੱਡੇ ਪਾਂਡਵ ਦਿਖਾਈ ਜਾਂਦੇ ਹਨਾ ਜਾਣਦੇ ਤਾਂ ਕੁਝ ਵੀ ਨਹੀਂ ਇਹ ਪੜ੍ਹਾਈ ਹੈ ਤੰਦਾ ਤੇ ਪੜ੍ਹਾਈ ਅਲੱਗ ਅਲੱਗ ਹੈ ਬਾਬਾ ਪੜਾਉਂਦੇ ਵੀ ਹਨ ਤੇ ਤੰਦਾ ਵੀ ਸਿਖਾਉਂਦੇ ਹਨ ਬੋਰ ਤੇ ਪਹਿਲਾਂ ਬਾਪ ਦੀ ਮਹਿਮਾ ਹੋਣੀ ਚਾਹੀਦੀ ਹੈ ਬਾਬਾ ਕਹਿੰਦੇ ਕਿ ਨੰਬਰ ਵਾਰ ਪੁਰਸ਼ਾਰਥ ਅਨਸਾਰ ਹੀ ਇਹ ਗੱਲਾਂ ਬੱਚਿਆਂ ਦੀ ਬੁੱਧੀ ਵਿੱਚ ਬੈਠਦੀਆਂ ਹਨ ਇਸ ਲਈ ਮਹਾਰਾਥੀ ਕੋੜੇਸਵਾਰ ਕਿਹਾ ਜਾਂਦਾ ਹੈ ਇੱਥੇ ਹਥਿਆਰਾਂ ਦੀ ਕੋਈ ਗੱਲ ਨਹੀਂ ਬਾਪ ਬੁੱਧੀ ਦਾ ਤਾਲਾ ਖੋਲਦੇ ਹਨ ਬਾਕੀ ਹਰੇਕ ਆਤਮਾ ਦਾ ਪਾਇਟ ਤਾਂ ਆਪਣਾ ਆਪਣਾ ਹੈ ਬਾਬਾ ਨੇ ਕਿਹਾ ਕਿ ਬੁੱਧੀ ਯੋਗ ਹੁਣ ਸਾਰੀ ਪੁਰਾਣੀ ਦੁਨੀਆ ਤੋਂ ਤੋੜਨਾ ਹੈ ਇਸ ਨੂੰ ਬੇਹੱਦ ਦਾ ਸੰਨਿਆਸ ਕਿਹਾ ਜਾਂਦਾ ਹੈ ਇਹ ਸਾਰੀਆਂ ਗੱਲਾਂ ਸਮਝਣ ਲਈ ਬਹੁਤ ਅੱਛੀ ਬੁੱਧੀ ਚਾਹੀਦੀ ਹੈ ਸਰਵੀ ਸੇਵਲ ਬੱਚੇ ਸੇਵਾ ਵਿੱਚ ਉਛਲਦੇ ਰਹਿਣਗੇ ਗਿਆਨ ਸਾਗਰ ਦੇ ਬੱਚੇ ਇਸ ਤਰ੍ਹਾਂ ਭਾਸ਼ਣ ਕਰਨ ਜਿਵੇਂ ਬਾਬਾ ਉਛਲਦਾ ਹੈ ਇਸ ਵਿੱਚ ਨਰਾਸ਼ ਨਹੀਂ ਹੋਣਾ ਹੈ ਅੱਛਾ

ਦੂਸਰਾ ਡਰਾਮਾ ਦੀ ਹਰ ਸੀਨ ਨੂੰ ਦੇਖਦੇ ਹੋਏ ਸਦਾ ਹਰਸ਼ਿਤ ਰਹਿਣਾ ਹੈ ਵਰਦਾਨ ਆਪਣੇ ਹਾਈएस्ट ਪੋਜੀਸ਼ਨ ਵਿੱਚ ਸਥਿਤ ਰਹਿ ਕੇ ਮਨ ਉੱਚੀ ਪੋਜੀਸ਼ਨ ਵਿੱਚ ਸਥਿਤ ਰਹਿ ਕੇ ਹਰ ਸੰਕਲਪ ਬੋਲ ਅਤੇ ਕਰਮ ਕਰਨ ਵਾਲੇ ਸੰਪੂਰਨ ਨਿਰਵਿਕਾਰੀ ਪਵ ਸੰਪੂਰਨ ਨਿਰਵਿਕਾਰੀ ਅਰਥਾਤ ਕਿਸੇ ਵੀ ਪਰਸੈਂਟ ਵਿੱਚ ਕੋਈ ਵੀ ਵਿਕਾਰ ਤਰਫ ਆਕਰਸ਼ਣ ਨਾ ਹੋਵੇ ਮਾਨਾ ਚਾਹੇ 1-2% ਵੀ ਹੋਵੇ ਲੇਕਿਨ ਬਾਬਾ ਕਹਿ ਰਹੇ ਵਿਕਾਰ ਤਰਫ ਆਕਰਸ਼ਣ ਨਾ ਜਾਵੇ ਕਦੇ ਉਸ ਦੇ ਵਸ਼ੀਪੂਤ ਨਾ ਹੋਵੋ ਹਾਈਐਸਟ ਪੋਜੀਸ਼ਨ ਵਾਲੀਆਂ ਆਤਮਾਵਾਂ ਕੋਈ ਸਧਾਰਨ ਸੰਕਲਪ ਵੀ ਨਹੀਂ ਕਰ ਸਕਦੀਆਂ ਤਾਂ ਜਦੋਂ ਕੋਈ ਵੀ ਸੰਕਲਪ ਜਾਂ ਕਰਮ ਕਰਦੇ ਹੋ ਤਾਂ ਜਾਂਚ ਕਰੋ ਕਿ ਜਿਸ ਤਰ੍ਹਾਂ ਦਾ ਉੱਚਾ ਨਾਮ ਹੈ ਉਸ ਤਰ੍ਹਾਂ ਦਾ ਉੱਚਾ ਕੰਮ ਹੈ ਅਗਰ ਨਾਮ ਉੱਚਾ ਕਮ ਨੀਚਾ ਤਾਂ ਨਾਮ ਬਦਨਾਮ ਕਰਦੇ ਹੋ ਇਸ ਲਈ ਲਕਸ਼ ਪਰਮਾਨ ਲਕਸ਼ਣ ਵੀ ਤਾਰਨ ਕਰੋ ਤਾਂ ਕਹਾਂਗੇ ਸੰਪੂਰਨ ਨਿਰਵਿਕਾਰੀ ਅਰਥਾਤ ਹੋਲੀਸਟ ਆਤਮਾ ਸਲੋਗਨ ਹੈ ਕਰਮ ਕਰਦੇ ਕਰਨ ਕਰਾਵਨ ਹਾਰ ਬਾਪ ਦੀ ਸਮ੍ਰਿਤੀ ਰਹੇ ਤਾਂ ਸਵੈ ਪੁਰਸ਼ਾਰਤ ਮਾਨਾ ਖੁਦ ਦਾ ਪੁਰਸ਼ਾਰਤ ਅਤੇ ਯੋਗ ਦਾ ਬੈਲੈਂਸ ਠੀਕ ਰਹੇਗਾ ਅੱਛਾ S Om s h a n